ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਗਵਾੜਾ ਵਿਖੇ ਵੀਰਵਾਰ ਦੀ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਦੇ ਖਾਸਮ ਖਾਸ ਬੱਲੂ ਵਾਲੀਆ ਦੇ ਗੋਲ ਚੌਂਕ ਵਿਖੇ ਸਥਿਤ ਦਫ਼ਤਰ ਵਿਖੇ ਕੁਝ ਹਮਲਾਵਰਾਂ ਨੇ ਹਮਲਾ ਕਰਕੇ ਦਫ਼ਤਰ ਦੀ ਭੰਨਤੋੜ ਕਰ ਦਿੱਤੀ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਉਸ ਦੇ ਦਫ਼ਤਰ ਵਿਖੇ ਹਮਲਾ ਹੋਇਆ ਉਸ ਸਮੇਂ ਬੱਲੂ ਵਾਲੀਆ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸੀ। ਬੱਲੂ ਵਾਲੀਆ ਮੁਤਾਬਕ ਉਹਨਾਂ ਦੇ ਦਫ਼ਤਰ ਵਿਖੇ ਉਕਤ ਹਮਲਾ ਅਮਨ ਬਸਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਹੈ, ਜਿਸ ਨੇ ਦਫ਼ਤਰ ਦੀ ਭੰਨਤੋੜ ਵੀ ਕੀਤੀ ਅਤੇ ਨਕਦੀ ਵੀ ਲੈ ਕੇ ਫਰਾਰ ਹੋ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਅਵਤਾਰ ਸਿੰਘ ਮੰਡ ਨੇ ਦੱਸਿਆ ਕਿ ਫਗਵਾੜਾ ਸ਼ਹਿਰ ਵਿੱਚ ਵੱਧ ਰਹੀਆਂ ਅਪਰਾਧੀ ਘਟਨਾਵਾਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ 'ਤੇ ਪੁਲਿਸ ਪ੍ਰਸ਼ਾਸਨ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਉਹਨਾਂ ਮੰਗ ਕੀਤੀ ਕਿ ਸ਼ਹਿਰ ਅੰਦਰ ਜਿੰਨੇ ਵੀ ਸ਼ਰਾਰਤੀ ਅਨਸਰ ਹਨ ਜੋ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ ਵਿੱਚ ਹਨ, ਉਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅੱਜ ਜਿਹੜੇ ਬੱਲੂ ਵਾਲੀ ਆ ਸਾਡੇ ਬੀਜੇਪੀ ਦੇ ਉੱਘੇ ਨੇਤਾ ਆਏ ਔਰ ਅੱਜ ਇਹਨਾਂ ਦੇ ਦਫ਼ਤਰ ਦੇ ਵਿੱਚ ਕੁਝ ਕਾ ਕੇ ਵਿਅਕਤੀਆਂ ਨੇ ਭੰਨਤੋੜ ਕੀਤੀ ਆ ਔਰ ਸੱਟਾਂ ਵੀ ਆਈ ਥਿੰਕ ਮੁੰਡੇ ਕਿਸੇ ਦੇ ਮਾਰੀਆਂ ਜਾਂ ਕਿੱਦਾਂ ਹੋਈ ਆ। ਬਟ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਇਹਦੇ ਇੱਥੇ ਦੀ ਪੁਲਿਸ ਆ ਉਹ ਕਿੱਥੇ ਗਈ ਹੋਈ ਆ, ਕੀ ਹੋ ਰਿਹਾ, ਕਿਉਂ ਵਾਰਦਾਤਾਂ ਵਧੀਆਂ ਹੋਈਆਂ ਆ, ਇਹ ਸਾਡੀ ਸਮਝ ਨਹੀਂ ਆ ਰਿਹਾ। ਜੇਕਰ ਸਾਡੇ ਪਿੱਛੇ ਤੁਸੀਂ ਮੇਟਾ ਪਿੰਡ ਦੇ ਵਿੱਚ ਵੀ ਦੇਖਿਆ ਹੋਣਾ ਕਿ ਅੱਜ ਮਹੀਨਾ ਹੋਇਆ ਵਾਰਦਾਤ ਹੋਈ ਨੂੰ ਅੱਜ ਤੱਕ ਕੋਈ ਕੁਛ ਪਤਾ ਨਹੀਂ ਲੱਗਾ। ਮੁੰਡੇ ਸੱਟਾਂ ਮਾਰੀਆਂ, 307 ਦਾ ਪਰਚਾ ਹੋ ਗਿਆ, 26 ਹੋ ਗਈ, ਇੱਦਾਂ ਹੁਣ ਇਹ 'ਤੇ ਹਮਲਾ ਹੋ ਗਿਆ ਔਰ ਇਹਦਾ ਕਦੋਂ ਕੀ ਹੱਲ ਹੋਣਾ ਸਾਡੀ ਸਮਝ ਤੋਂ ਬਾਹਰ ਆ। ਸੋ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ, ਚਾਹੇ ਉਹ ਇੱਥੇ ਦੀ ਸਰਕਾਰ ਆ, ਕਾਂਗਰਸ ਹੋ ਜਾਂ ਇੱਥੇ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ, ਇਹਨੂੰ ਜਿਹੜਾ ਜੰਗਲ ਆ ਬਣਿਆ ਹੋਇਆ ਫਗਵਾੜੇ ਦੇ ਅੰਦਰ ਨੱਥ ਪਾਈ ਜਾਵੇ ਔਰ ਤਾਂ ਕਿ ਜਿਹੜਾ ਇੱਥੇ ਦੇ ਸ਼ਹਿਰ ਵਾਸੀ ਆ ਉਹ ਸੁਰੱਖਿਅਤ ਮਹਿਸੂਸ ਕਰ ਸਕਣ। ਇਹ ਜੋ ਦੱਸਿਆ ਗਿਆ ਆ ਉਹ ਅਮਨ ਬਸਰਾ ਜਿਹੜਾ ਇਹਨਾਂ ਨਾਲ ਪਹਿਲਾਂ ਬੈਠਦੇ ਵੀ ਸੀ, ਜੋ ਇਹਨਾਂ ਦੱਸਣ ਮੁਤਾਬਕ ਆ, ਉਹਨੇ ਆ ਕੇ ਉਹਦੇ ਸਾਥੀ ਸੀਗੇ ਨਾਲ ਅਤੇ ਉਹਨਾਂ ਨੇ ਆ ਕੇ ਇੱਦਾਂ ਦੀ ਕੋਈ ਵਾਰਦਾਤ 'ਤੇ ਹਮਲਾ ਕੀਤਾ। ਅਸੀਂ ਨਹੀਂ ਕਹਿ ਸਕਦਾ, ਉਹ ਤਾਂ ਹੁਣ ਪੁਲਿਸ ਤਫਤੀਸ਼ ਕਰੂਗੀ, ਜਾਂ ਜਿਹੜਾ ਇੱਥੇ ਵਿਅਕਤੀ ਸੀਗਾ ਉਹਦੇ ਸਾਹਮਣੇ ਕੀ ਹੋਇਆ ਇਹ ਉਹ ਦੱਸ ਸਕਦਾ। ਜ਼ਿਕਰਯੋਗ ਹੈ ਕਿ ਬੱਲੂ ਵਾਲੀਆ ਦੇ ਗੋਲ ਚੌਂਕ ਵਿਖੇ ਸਥਿਤ ਦਫ਼ਤਰ 'ਤੇ ਹੋਏ ਹਮਲੇ ਤੋਂ ਬਾਅਦ ਮੁੜ ਤੋਂ ਅਮਨ ਬਸਰਾ ਨੇ ਦੇਰ ਰਾਤ ਉਸ ਦੇ ਦੂਸਰੇ ਦਫ਼ਤਰ ਬਾਬਾ ਗਦੀਆ ਵਿਖੇ ਵੀ ਪਹੁੰਚ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਗਣੀਮਤ ਰਹੀ ਕਿ ਉਸ ਸਮੇਂ ਵੀ ਬੱਲੂ ਵਾਲੀਆ ਆਪਣੇ ਦਫ਼ਤਰ ਵਿਖੇ ਮੌਜੂਦ ਨਹੀਂ ਸੀ, ਜਿਸ ਕਾਰਨ ਉਸ ਦਾ ਬਾਲ ਬਾਲ ਬਚਾਅ ਹੋ ਗਿਆ। ਇਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਮਲਾਵਰ ਅਮਨ ਬਸਰਾ ਅਤੇ ਉਸ ਦੇ ਸਾਥੀਆਂ ਦੇ ਹੌਂਸਲੇ ਕਿੰਨੇ ਬੁਲੰਦ ਹੋ ਚੁੱਕੇ ਹਨ ਕਿ ਉਹਨਾਂ ਦੇ ਦਿਲ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਨਹੀਂ ਸੀ। ਦੂਸਰੀ ਵਾਰ ਹਮਲਾ ਕਰਨ ਦੇ ਹਮਲਾਵਰ ਦੀ ਵੀਡੀਓ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ, ਜਿਸ ਵਿੱਚ ਹਮਲਾਵਰ ਕਿਸ ਤਰ੍ਹਾਂ ਬੱਲੂ ਵਾਲੀਆ ਦੇ ਦਫ਼ਤਰ ਵਿਖੇ ਹਥਿਆਰ ਲੈ ਕੇ ਦਾਖਲ ਹੋ ਰਹੇ ਹਨ। ਉਕਤ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬੱਲੂ ਵਾਲੀਆ ਦੇ ਬਿਆਨਾਂ ਦੇ ਆਧਾਰ ਤੇ ਅਮਨ ਬਸਰਾ ਸਮੇਤ ਤਿੰਨ ਵਿਅਕਤੀਆਂ ਦੇ ਧਾਰਾ 380 ਅਤੇ 452 ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ। ਇੱਥੇ ਦੱਸ ਦਈਏ ਕਿ ਬੱਲੂ ਵਾਲੀਆ ਦੇ ਦੋਨਾਂ ਦਫ਼ਤਰਾਂ ਤੇ ਇੱਕੋ ਹੀ ਰਾਤ ਵਿੱਚ 2 ਵਾਰ ਹੋਏ ਹਮਲੇ ਨੇ ਪੁਲਿਸ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਲੋੜ ਹੈ ਕਿ ਪੁਲਿਸ ਨੂੰ ਗੰਭੀਰਤਾ ਨਾਲ ਇਹਨਾਂ ਵਾਰਦਾਤਾਂ ਉੱਪਰ ਠੱਲ ਪਾਉਣ ਦੀ। ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।